ਫਰੈਂਡਸ, ਯੂਟਿਊਬ ਫੈਮਿਲੀ, ਅੱਜ ਮੈਂ ਬਹੁਤ ਵਧੀਆ ਸੂਜੀ ਦਾ ਬਹੁਤ ਵਧੀਆ ਨਾਸ਼ਤਾ ਬਣਾ ਰਹੀ ਹਾਂ। ਮੈਂ ਸਭ ਤੋਂ ਪਹਿਲਾਂ ਸੂਜੀ ਨੂੰ ਪਾਣੀ ਵਿੱਚ ਭਿਉਂਤਾ ਸੀ 10-15 ਮਿੰਟ ਲਈ, ਫਿਰ 2-3 ਚਮਚ ਦਹੀਂ ਦੇ ਔਰ 1 ਚਮਚ ਰਿਫਾਇੰਡ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ। ਅਤੇ ਹੁਣ ਇਹਨੂੰ ਅਸੀਂ ਮਿਕਸੀ ਵਿੱਚ ਥੋੜ੍ਹਾ ਜਿਹਾ ਪਤਲਾ ਕਰਾਂਗੇ, ਬਰੀਕ ਕਰਾਂਗੇ ਤਾਂ ਕਿ ਥੋੜ੍ਹਾ ਇਹ ਮਲਾਈਦਾਰ ਜਿਹਾ ਹੋ ਜਾਵੇ। ਅਤੇ ਇਹਨੂੰ ਮੈਂ ਮਿਕਸੀ ਵਿੱਚ ਬਰੀਕ ਕਰ ਲਿਆ ਕਰਕੇ ਲੈ ਕੇ ਆ ਰਹੀ ਹਾਂ। ਹੁਣ ਦੇਖੋ ਮੈਂ ਮਿਕਸੀ 'ਚ ਇਹਨੂੰ ਬਰੀਕ ਕਰ ਲਿਆ, ਇਹਦੇ ਵਿੱਚ ਪਾ ਰਹੀ ਹਾਂ ਮੈਂ ਥੋੜ੍ਹਾ ਜਿਹਾ ਨਮਕ ਸਵਾਦ ਅਨੁਸਾਰ, ਅਤੇ ਅੱਧਾ ਚਮਚ ਜੀਰਾ, ਕੱਚਾ ਜੀਰਾ, ਅਤੇ ਨਾਲ ਹੀ ਪਾ ਰਹੀ ਹਾਂ ਥੋੜ੍ਹੀ ਜਿਹੀ ਲਾਲ ਮਿਰਚ ਟੇਸਟ ਦੇ ਅਨੁਸਾਰ, ਥੋੜ੍ਹੀ ਜਿਹੀ ਚੀਨੀ ਪਾ ਰਹੀ ਹਾਂ, ਚੀਨੀ ਪਾਣੀ ਬਹੁਤ ਜ਼ਰੂਰੀ ਹੈ, ਅਤੇ ਬੇਕਿੰਗ ਸੋਡਾ, ਬੇਕਿੰਗ ਪਾਊਡਰ ਜੋ ਕੁਛ ਵੀ ਹੈ, ਇਨੋ ਪਾਊਡਰ ਜੋ ਵੀ ਹੈ ਤੁਹਾਡੇ ਕੋਲ, ਉਹ ਅੱਧਾ ਚਮਚ ਜ਼ਰੂਰ ਪਾ ਲੈਣਾ ਇਹਦੇ ਵਿੱਚ, ਤਾਂ ਇਹਦੇ ਵਿੱਚ ਫਲੱਫੀ ਜਿਹਾਪਨ ਆਏਗਾ। ਫਲੱਫੀ ਬਹੁਤ ਹੀ ਵਧੀਆ ਲੱਗਦਾ ਹੈ, ਸੋਫਟ ਸੋਫਟ ਤਾਂ ਹੀ ਇਹ ਬਣੇਗਾ, ਨਹੀਂ ਤਾਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਿਨਾਂ ਇਹ ਨਹੀਂ ਬਣ ਸਕਦਾ। ਨਿੰਬੂ ਪਾ ਸਕਦੇ ਹੋ, ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ, ਵੈਸੇ ਚੰਗੀ ਤਰ੍ਹਾਂ ਮਿਕਸ ਕਰਨਾ, ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਥਾਲੀ ਵਿੱਚ ਕਨਵਰਟ, ਮਤਲਬ ਥਾਲੀ ਨੂੰ ਅਸੀਂ ਥਾਲੀ ਵਿੱਚ ਥੋੜ੍ਹਾ ਜਿਹਾ ਤੇਲ ਲਗਾ ਕੇ, ਰਿਫਾਇੰਡ ਆਇਲ ਲਗਾ ਕੇ ਉਹਨੂੰ ਗਰੀਸ ਕਰ ਲਾਂਗੇ, ਤਾਂ ਕਿ ਸਾਡਾ ਬੈਟਰ ਜੋ ਹੈ ਥੱਲੇ ਨਾ ਲੱਗੇ, ਅਤੇ ਅਸੀਂ ਸਾਰਾ ਬੈਟਰ ਇਹਦੇ ਵਿੱਚ ਪਾ ਦਿੱਤਾ ਵੈ। ਇਹ ਦੇਖੋ ਮੈਂ ਕੜਾਈ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲਿਆ, ਤੁਹਾਡੇ ਕੋਲ ਸਟੈਂਡ ਹੈ ਤਾਂ ਸਟੈਂਡ ਰੱਖ ਲੈਣਾ, ਮੈਂ ਢੱਕਣ ਰੱਖਿਆ, ਅਤੇ ਇਹਦੇ ਵਿੱਚ ਅਸੀਂ ਥਾਲੀ ਦਾ ਜਿਹੜਾ ਬੈਟਰ ਰੈਡੀ ਕੀਤਾ ਵੈ ਉਹਨੂੰ ਇਹਦੇ ਵਿੱਚ ਰੱਖਾਂਗੇ, ਅਤੇ ਉੱਤੋਂ ਅਸੀਂ ਢੱਕਣ ਨਾਲ ਕਵਰ ਕਰ ਦੇਵਾਂਗੇ। ਇਹ ਥੋੜ੍ਹਾ ਸੈੱਟ ਨਹੀਂ ਆ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਡੁੱਲ ਜਾਏਗਾ, ਗਿਰ ਜਾਏਗਾ, ਇਸ ਲਈ ਮੈਂ ਥੋੜ੍ਹਾ ਸੈਟਿੰਗ ਕਰ ਰਹੀ ਸੀ, ਅਤੇ ਮੇਰੀ ਕੜਾਈ ਦਾ ਡੰਡੀ ਨਾ ਥੋੜ੍ਹੀ ਟੁੱਟ ਗਈ ਹੈ, ਅਤੇ ਤੁਸੀਂ ਮਾਇੰਡ ਨਾ ਕਰਨਾ। ਅਤੇ ਦੇਖੋ ਬਣ ਕੇ ਰੈਡੀ ਹੋ ਗਿਆ, ਬਸ ਉਹ 15-20 ਮਿੰਟ ਲੱਗੇ ਉਹਦੇ 'ਤੇ, ਅਤੇ ਬਣ ਕੇ ਰੈਡੀ ਹੋ ਗਿਆ, ਅਤੇ ਬਹੁਤ ਟੇਸਟੀ ਲੱਗਿਆ ਸਾਨੂੰ, ਅਤੇ ਮੋਮੋਜ਼ ਵਾਲੀ ਫੀਲਿੰਗ ਆ ਰਹੀ ਸੀ, ਅਤੇ ਤੁਹਾਨੂੰ ਪਸੰਦ ਆਏਗਾ ਬਣਾ ਕੇ ਜ਼ਰੂਰ ਦੇਖਣਾ, ਵੀਡੀਓ ਨੂੰ ਲਾਈਕ ਕਰ ਦਿਓ, ਜੇ ਨਹੀਂ ਪਸੰਦ ਆਈ ਤਾਂ ਡਿਸਲਾਈਕ ਕਰ ਦਿਓ, ਅਤੇ ਹੋਰ ਕੋਈ ਵੀਡੀਓ ਬਣਵਾਉਣੀ ਹੋਏ ਤਾਂ ਕਮੈਂਟ ਬਾਕਸ ਵਿੱਚ